ਸਹਿਯੋਗ ਦਿੱਤਾ ਤੇ ਮੇਰਾ ਬਾਈ ਗੁੱਗੂ ਗਿੱਲ ਨੇ ਜ਼ਰੂਰ ਦਿੱਤਾ। ਅੱਜ ਵੀ ਮੈਂ ਉਹਨਾਂ ਨੂੰ ਹੁਣੇ ਵੀ ਫੋਨ ਕਰਾਂ ਤੇ ਉਹ ਭਾਵੇਂ ਹੋਰ ਕਿਸੇ ਦਾ ਫੋਨ ਸੁਣ ਨਾ ਸੁਣ, ਲੇਕਿਨ ਮੇਰਾ ਫੋਨ ਜ਼ਰੂਰ ਸੁਣਦੇ। ਹਾਂ ਠੋ ਟਗੇ ਕੇ ਬਾਕੀ ਪਿਆ ਮਡਾਲ ਜੋ ਸੋਨਿਕ ਸਟਰਕਚਰ ਉਠਾਸ ਗਏ ਛਾਓ ਚੱਕਰ ਸੁ ਚੱਕਰ ਸਰ ਕੱਟ ਕੇ ਲਾਓ ਬਾਕੀ ਸ਼ੂਰ ਮੈਂ ਇਹੋ ਜਿਹਾ ਕੋਈ ਦੁਨੀਆ ਦੇ ਵਿੱਚ ਭਰਾ ਨਹੀਂ ਹੋਣਾ ਜਿਹੜਾ ਕੋਈ ਇੰਨੇ ਭਰਾ ਦੀ ਮਦਦ ਬਹੁਤ ਜ਼ਿਆਦਾ ਮਦਦ ਕੀਤੀ ਉਹਨੇ, ਹੁਣ ਮੇਰੀ ਵੀ ਕਰ ਰਿਹਾ ਅੱਜ ਕੱਲ੍ਹ ਨਹੀਂ ਹੈ। ਕੋਈ ਵੀ ਦੁੱਖ ਸੁੱਖ ਹੋਣਾ, ਮੇਰੀਆਂ ਬੇਟੀਆਂ ਦੀ ਸ਼ਾਦੀ ਹੋਈ, ਉਹਨੇ ਕਿਹਾ ਤੂੰ ਪਰਵਾਹ ਨਾ ਕਰ, ਤੂੰ ਬੈਠਾ ਰਹਿ ਇੱਕ ਪਾਸੇ, ਮੈਂ ਹੈਗਾ ਨਾ। ਸਤਿ ਸ਼੍ਰੀ ਅਕਾਲ ਜੀ, ਡੀਫਾਈ ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਦੱਸ ਦਈਏ ਕਿ ਅਗਰ ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਪੁਰਾਣੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਅੱਜ ਬੁਲੰਦੀਆਂ ਤੱਕ ਪਹੁੰਚੇ ਹੋਏ ਹਨ, ਪਰ ਪੰਜਾਬੀ ਸਿਨੇਮੇ ਅੰਦਰ ਜਿਹੜੇ ਕਈ ਇੱਦਾਂ ਦੇ ਅਦਾਕਾਰ ਵੀ ਹੈ ਜੋ ਅੱਜ ਪਛੜ ਕੇ ਰਹਿ ਚੁੱਕੇ ਹਨ ਅਤੇ ਅੱਜ ਉਹਨਾਂ ਦੇ ਜਿਹੜੇ ਘਰ ਦੇ ਹਾਲਾਤ ਆ, ਘਰ ਦੇ ਗੁਜ਼ਾਰੇ ਜਿਹੜੇ ਬੜੀ ਮੁਸ਼ਕਲ ਨਾਲ ਚੱਲ ਰਹੇ ਹਨ। ਅਜਿਹਾ ਹੀ ਇੱਕ ਪੰਜਾਬੀ ਫਿਲਮੀ ਅਦਾਕਾਰ ਰੋਏ ਬਜਾਜ ਜੋ ਫਿਰੋਜ਼ਪੁਰ ਦਾ ਵਸਨੀਕ ਹੈ, ਅੱਜ ਚੂਰਨ ਦੀਆਂ ਗੋਲੀਆਂ ਵੇਚ ਕੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਕਰ ਰਿਹਾ। ਅਸੀਂ ਰੋਏ ਬਜਾਜ ਜੀ ਦੇ ਘਰ ਪਹੁੰਚੇ ਹਾਂ, ਤੁਹਾਨੂੰ ਘਰ ਦੇ ਹਾਲਾਤ ਵੀ ਦਿਖਾਵਾਂਗੇ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਉਸ ਤੋਂ ਪਹਿਲਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਜਿਹੜੇ ਮਕਾਨ ਵਿੱਚ ਰੋਏ ਬਜਾਜ ਜੀ ਰਹਿ ਰਹੇ ਆ, ਕਿਰਾਏ ਦਾ ਮਕਾਨ ਆ। ਅਤੇ ਇਹ ਜੋ ਤਸਵੀਰਾਂ ਤੁਸੀਂ ਰੇਹੜੀ ਦੀਆਂ ਦੇਖ ਰਹੇ, ਚੂਰਨ ਦੀਆਂ ਗੋਲੀਆਂ ਵੇਚ ਕੇ ਜਿਹੜਾ ਉਹ ਆਪਣਾ ਪਰਿਵਾਰ ਪਾਲ ਰਹੇ ਆ, ਕਾਫੀ ਵੱਡੀਆਂ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਆ ਉਹ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਵਾਰੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਮਕਾਨ ਵਿੱਚ ਉਹ ਅੱਜ ਰਹਿ ਰਹੇ ਆ, ਕਿਰਾਏ ਦਾ ਮਕਾਨ ਆ, ਘਰ ਦੇ ਹਾਲਾਤ ਇੰਨੇ ਮਾੜੇ ਆ ਕਿ ਰੋਟੀ ਦੇ ਵੀ ਲਾਲੇ ਪਏ ਹੋਏ ਆ। ਰੋਏ ਬਜਾਜ ਜੀ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਜਾਜ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਡੀਫਾਈਵ ਚੈਨਲ ਪੰਜਾਬੀ 'ਤੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਮੈਂ ਬਹੁਤ ਸਵਾਗਤ ਕਰਨਾ ਤੁਹਾਡਾ, ਜਿੰਨਾ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਵੀ ਮੈਂ ਇਸ ਦੁਨੀਆ ਦੇ ਰੂਬਰੂ ਹੋ ਸਕਾਂ। ਬਜਾਜ ਸਾਹਿਬ, ਅਗਰ ਫਿਲਮ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਟਾਈਮ ਤੁਸੀਂ ਜਿਹੜਾ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ, ਕਦੋਂ ਸ਼ੁਰੂ ਕੀਤਾ? ਮੈਂ ਜੀ ਕਮ ਸੇ ਕਮ ਵੀ ਮੈਨੂੰ 25-26 ਸਾਲ ਹੋ ਗਏ ਨੇ ਫਿਲਮ ਲਾਈਨ 'ਚ ਕੰਮ ਕਰਦੇ ਨੂੰ। ਹੁਣ ਮੈਂ ਸ਼ੂਟਿੰਗ 'ਤੇ ਜਾਂਦਾ ਬਾਈ ਜੀ ਨਾਲ, ਪਿੱਛੇ 2-3 ਫਿਲਮਾਂ ਕਰਕੇ ਆਇਆ। ਮੈਂ ਕਾਫੀ ਫਿਲਮਾਂ ਕੀਤੀਆਂ, ਮੈਂ 2 ਫਿਲਮਾਂ ਮੇਰੀਆਂ ਕਰਦੀਆਂ ਸੀ, ਦੁਸ਼ਮਣੀ ਦੇ ਅੱਗ, ਸੁਹਾਗ ਜੱਟੀ ਦਾ। ਬਾਕੀ ਬਾਈ ਗੁੱਗੂ ਜੀ ਨਾਲ ਕੀਤਾ ਮੈਂ ਕੰਮ, ਧਰਮਿੰਦਰ ਨਾਲ ਕੀਤਾ ਜੀ, ਸੋਨੂ ਸੂਦ ਨਾਲ ਕੀਤਾ, ਸੰਨੀ ਦਿਓਲ ਨਾਲ ਗਦਰ 'ਚ ਕੰਮ ਕੀਤਾ ਮੈਂ। ਕਾਫੀ ਮੈਂ 20-22 ਫਿਲਮਾਂ ਇਸ ਵੇਲੇ ਕਰ ਚੁੱਕਾ ਜੀ। ਸਭ ਤੋਂ ਪਹਿਲਾਂ ਕਾਫੀ ਪਿਛਲੇ ਜਿਹੜੀਆਂ ਪੁਰਾਣੀਆਂ ਫਿਲਮਾਂ ਸੀਗੀਆਂ ਉਹਨਾਂ ਵਿੱਚ ਤੁਹਾਡੇ ਡਾਇਲੋਗ ਕਾਫੀ ਮਸ਼ਹੂਰ ਸਨ, ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਡਾਇਲੋਗ ਜ਼ਰੂਰ ਸੁਣਾਓ। ਠੀਕ ਹੈ ਜੀ, ਮੇਰੀ ਪੰਜਾਬੀ ਫੀਚਰ ਫਿਲਮ ਸੀ ਪਹਿਲੀ ਮੇਰੀ ਫਿਲਮ ਬਾਈ ਗੁੱਗੂ ਗਿੱਲ ਜੀ ਨਾਲ, ਮਿਰਜ਼ਾ ਜੱਟ, ਉਹਦੇ ਮੇਰਾ ਮਰਾਸੀ ਦਾ ਰੋਲ ਸੀ, ਕਮੇਡੀ ਰੋਲ ਸੀਗਾ। ਉਹ ਪਾਸੇ ਕੋਰੇ ਆਪਣੀ ਪਾ ਖਾਦੜੀ ਜੀ ਘੋੜੀ, ਉਹ ਜਾਣਦਾ ਨਹੀਂ ਚੰਦਰ ਸਰਦਾਰ ਦੀ ਬਰਾਤ ਵੀ ਜਾਂਦੀ ਆ ਸਿਆਲੀ, ਉਹ ਸਿਆਲੀ ਵੜਦੀ ਆਪਣੀ ਬੇਇੱਜ਼ਤੀ ਕੋਈ ਜ਼ਿਆਦਾ ਖਰਾਬ ਹੋ ਗਈ ਹੈ ਮਾਲਕੋ, ਇਹ ਤਾਂ ਜਮੇ ਪਿਸ਼ਾਬ ਨਾਲ ਆਪਣੀ ਦਾੜੀ ਮੁੰਨ ਗਿਆ। ਦੂਸਰੀ ਫਿਲਮ ਸੀ ਮੇਰੀ ਬਾਗੀ ਸੂਰਮੇ, ਉਹਦੇ 'ਚ ਮੈਨੂੰ ਬਹੁਤ ਵਧੀਆ ਕਰੈਕਟਰ ਦਾ ਰੋਲ ਮਿਲਿਆ, ਕਿਸ਼ਨ ਸਾਨੀ ਡਾਇਰੈਕਟਰ ਸੀ, ਉਹਨਾਂ ਨੂੰ ਇੱਕ ਅੰਗਰੇਜ਼ ਦੇ ਰੋਲ ਸੀ ਜ਼ਰੂਰਤ। ਉਹ ਇਕਬਾਲ ਢਿੱਲੋਂ ਨੂੰ ਕਹਿਣ ਲੱਗੇ ਨਾ, ਸੋਰੀ ਭੂਸ਼ਣ ਮਦਾਨ ਨੂੰ ਕਹਿਣ ਲੱਗੇ ਵੀ ਜਾਂ ਤਾਂ ਅੰਗਰੇਜ਼ ਲਿਆਓ, ਭਾਵੇਂ ਬੰਬੇ ਦਾ ਲਿਆਓ, ਭਾਵੇਂ ਕੈਨੇਡਾ ਦਾ ਲਿਆਓ, ਨਹੀਂ ਤਾਂ ਉਹ ਰਾਏ ਬਜ਼ਾਰ ਜਿਹੜਾ ਗੁੱਗੂ ਜੀ ਨਾਲ ਫਿਰਦੇ ਨੇ ਉਹਨਾਂ ਨੂੰ ਵੇਖੋ, ਜੇ ਮੰਨ ਜਾਣ ਤਾਂ ਉਹਨਾਂ ਨੂੰ ਕਰੋ ਤੁਸੀਂ ਅੰਗਰੇਜ਼ ਦਾ ਰੋਲ ਕਰਾਓ। ਉਹ ਆਏ, ਉਹਨਾਂ ਨੇ ਮੈਨੂੰ ਬਾਹੋਂ ਫੜਿਆ, ਕਹਿੰਦਾ ਰਾਏ ਬਜਾਜ ਦਰਾ, ਮੈਂ ਕਿਹਾ ਸਰ ਜੀ ਕੀ ਗੱਲ, ਗਲਤੀ ਹੋ ਗਈ ਮੇਰੇ ਕੋਲ? ਕਹਿੰਦਾ ਨਹੀਂ ਤੂੰ ਰਿਹਾ, ਡਰੈਸਮੈਨ ਸੀ ਬਾਬੂ ਡਰੈਸਮੈਨ, ਉਹ ਕਹਿੰਦੇ ਡਰੈਸ ਪਾਓ। ਉਹਨਾਂ ਮੈਨੂੰ ਅੰਗਰੇਜ਼ ਦੀ ਡਰੈਸ ਪਵਾਤੀ, ਮੈਂ ਬੜਾ ਖੁਸ਼ ਹੋ ਗਿਆ ਵੀ ਮੈਨੂੰ ਅੰਗਰੇਜ਼ ਦਾ ਰੋਲ ਮਿਲ ਗਿਆ, ਅਤੇ ਬਹੁਤ ਵਧੀਆ ਰੋਲ ਮਿਲਿਆ ਸੀ। ਉਹਦਾ ਡਾਇਲੋਗ ਸੀਗਾ, ਉਹ ਗੁਰਕੀਰਤਨ ਹੁੰਦਾ ਮੇਨ ਵਿਲਨ, ਉਹ ਮੈਨੂੰ ਕਹਿੰਦਾ ਸਰ ਬਾਗੀ ਸੂਰਮੇ ਅੱਗੇ ਵੱਧਦਾ ਪਿਆ, ਹੁਣ ਕੀ ਕਰੀਏ? ਮੈਂ ਨਾ ਖਿਆ ਪਕਤੇ ਹੋ ਹਮ ਠੋ ਟਗੇ ਕੇ ਬਾਕੀ ਕਿਆ ਮਡਾਲ ਜੋ ਸੋਨੀ ਕੀ ਤਰ੍ਹਾਂ ਸਿਰ ਉਠਾ ਸਕੇ ਛਾਓ ਚੱਗਰ ਸੁ ਚੱਕਾ ਸਰ ਕੱਟ ਕੇ ਲਾਓ ਬਾਗੀ ਸੂਰ ਮੈਂ ਐਸੀ। ਇਸ ਤੋਂ ਇਲਾਵਾ ਤੁਸੀਂ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ? ਹਾਂਜੀ, ਮੈਂ ਹਿੰਦੀ ਫਿਲਮ 'ਚ ਕੰਮ ਕੀਤਾ ਸੀਗਾ, ਉਹਦੇ 'ਚ ਮੇਰਾ ਵਕੀਲ ਦਾ ਰੋਲ ਸੀ, ਐਡਵੋਕੇਟ ਦਾ। ਉਹਦੇ 'ਚ ਮੇਰੇ ਨਾਲ ਸਿਰਫ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਨੇ ਇੰਗਲਿਸ਼ 'ਚ ਕੋਈ ਵੀ ਗਾਣਾ, ਮੈਂ ਨਾ ਵਟ ਇਟਸ ਮੀਨ ਇਟਸ ਨਾਟ ਲਾਈਕ ਆਈ ਲਾਈਕ ਯੂ ਆਰ ਯੂ ਆਰ ਗੋਇੰਗ ਆਨ, ਇਸ ਤਰ੍ਹਾਂ ਕਿ ਮਿਊਜ਼ਿਕ ਵਿੱਚ ਮੇਰੇ ਸ਼ੌਟ ਸੀਗਾ, ਬਹੁਤ ਅੱਛਾ ਲੋਕਾਂ ਨੇ ਪਸੰਦ ਕੀਤਾ ਸੀ। ਅਗਰ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਅੱਜ ਕਿੱਦਾਂ ਦੇ ਹਾਲਾਤ ਆ, ਕਿਸ ਤਰ੍ਹਾਂ ਜਿਹੜਾ ਗੁਜ਼ਾਰਾ ਚੱਲ ਰਿਹਾ? ਹਾਲਾਤ ਤਾਂ ਜੀ ਦੇਖੋ ਜੀ ਬਹੁਤ ਮਾੜੇ ਰਹੇ ਨੇ ਮੇਰੇ ਸ਼ੁਰੂ ਤੋਂ ਹੀ,
ਸ਼ੁਰੂ ਤੋਂ ਮੈਂ ਗਰੀਬੀ ਦੇਖੀ ਹੈ ਔਰ ਅੱਜ ਵੀ ਗਰੀਬੀ ਦੇਖ ਰਿਹਾ। ਮੇਰਾ ਕਿਸੇ ਨੇ ਕੋਈ ਸਹਿਯੋਗ ਨਹੀਂ ਦਿੱਤਾ। ਮੇਰੇ ਦੋ ਬੇਟੇ ਸੀ, ਵੱਡੇ ਬੇਟੇ ਦੀ ਡੈਥ ਹੋ ਗਈ ਸੀ, ਉਹ ਵੋਟੀ ਬੱਚੇ ਲੈ ਕੇ ਪੇਕੇ ਚਲੀ ਗਈ ਕਿਉਂਕਿ ਉਹ ਉੱਥੋਂ ਦੇ ਰਹਿਣ ਵਾਲੀ ਸੀ। ਅਤੇ ਮੇਰਾ ਛੋਟਾ ਭਰਾ ਰਤਨ ਬਜਾਸ, ਮੇਰਾ ਸਰਵਣ ਭਰਾ, ਬਹੁਤ ਹੈਲਪ ਜ਼ਿਆਦਾ ਕੀਤੀ ਉਹਨੇ। 10 ਲੱਖ ਦਾ ਉਹਨੂੰ ਮਕਾਨ ਲੈ ਕੇ ਦਿੱਤਾ ਵੀ ਕੁੜੀਏ ਮੈਂ ਤੈਨੂੰ ਮਕਾਨ ਲੈ ਦਿੰਦਾ, ਤੂੰ ਆਪਦਾ ਬੱਚੇ ਪਾਲ। ਅਤੇ ਮੇਰੇ ਪੋਤਰੇ ਨੂੰ ਆਪਦੇ ਨਾਂ ਰੱਖਿਆ। ਯਾਨੀ ਕਿ ਇਹੋ ਜਿਹਾ ਕੋਈ ਦੁਨੀਆ ਦੇ ਵਿੱਚ ਭਰਾ ਨਹੀਂ ਹੋਣਾ ਜਿਹੜਾ ਕੋਈ ਇੰਨੇ ਭਰਾ ਦੀ ਮਦਦ, ਬਹੁਤ ਜ਼ਿਆਦਾ ਮਦਦ ਕੀਤੀ ਉਹਨੇ। ਹੁਣ ਮੇਰੀ ਵੀ ਕਰ ਰਿਹਾ, ਇਹੋ ਜਿਹੀ ਗੱਲ ਨਹੀਂ ਹੈ, ਲੇਕਿਨ ਬਹੁਤ ਜ਼ਿਆਦਾ ਮਦਦ ਕੀਤੀ। ਹਰ ਸਮੇਂ, ਹਰ ਵਕਤ, ਹਰ ਜ਼ਿੰਦਗੀ ਦੇ ਮੋੜ 'ਤੇ ਉਹ ਮੇਰੇ ਨਾਲ ਖੜ੍ਹਾ ਰਿਹਾ। ਕੋਈ ਵੀ ਦੁੱਖ ਸੁੱਖ ਹੋਣਾ, ਮੇਰੀਆਂ ਬੇਟੀਆਂ ਦੀ ਸ਼ਾਦੀ ਹੋਈ, ਉਹਨੇ ਕਿਹਾ ਤੂੰ ਪਰਵਾਹ ਨਾ ਕਰ, ਤੂੰ ਬੈਠਾ ਰਹਿ ਇੱਕ ਪਾਸੇ, ਮੈਂ ਹੈਗਾ ਨਾ। ਮੇਰੀ ਬੇਟੀਆਂ ਦੇ ਵਿਆਹ 'ਤੇ ਵੀ ਪੈਸੇ ਉਹਨੇ ਲਾਏ। ਪਿੱਛੇ ਸਾਡੀ ਮਾਤਾ ਦੀ ਡੈਥ ਹੋ ਗਈ, 3 ਹਿੱਸੇ ਬੰਦੇ, 3 ਭਰਾ ਸੀ। ਉਹਨੇ ਵੱਡੀ ਭਾਬੀ ਨੂੰ ਕਿਹਾ ਵੀ ਤੂੰ ਭਾਈ ਪੈਸੇ ਤੂੰ ਦੇਣਾ, ਮੈਂ ਦੇਣਾ ਵੀ ਇਹਦੇ ਕੋਲ। ਉਹ ਕਹਿੰਦੀ 3ਜਾ ਹਿੱਸਾ ਇਹਦੇ ਕੋਲ, ਕਹਿੰਦਾ ਨਹੀਂ, ਜਦ ਇਹਦੇ ਕੋਲ ਹੈ ਨਹੀਂ, ਅਸੀਂ ਇਹਦੇ ਕੋਲ ਕੀ ਲਈਏ ਬਈ। ਉਹਨੇ ਮੇਰੇ ਹਿੱਸੇ ਦੇ ਵੀ ਪੈਸੇ ਵੀ ਉਹਨੂੰ ਆਪਦੇ ਕੋਲ ਦਿੱਤੇ। ਬਹੁਤ ਜ਼ਿਆਦਾ ਹੈਲਪ ਕੀਤੀ, ਬਹੁਤ ਜ਼ਿਆਦਾ। ਮੈਂ ਉਹਦਾ ਦੇਣੀਆਂ ਦੇ ਨਹੀਂ ਸਕਦਾ ਜੀ। ਜਾ ਸਰ, ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਜਿਹੜੇ ਪੰਜਾਬੀ ਅਦਾਕਾਰ ਆ ਅੱਜ ਬੁਲੰਦੀਆਂ 'ਤੇ ਪਹੁੰਚੇ ਹੋਏ ਆ, ਮਹਿੰਗੀਆਂ ਮਹਿੰਗੀਆਂ ਗੱਡੀਆਂ ਵਿੱਚ ਘੁੰਮ ਰਹੇ ਆ, ਤੁਸੀਂ ਇਹਨਾਂ ਹਾਲਾਤਾਂ ਤੱਕ ਕਿਵੇਂ ਪਹੁੰਚੇ? ਬਸ ਇਹ ਤਾਂ ਜੀ ਮੇਰੀਆਂ ਘਰ ਦੀਆਂ ਮਜ਼ਬੂਰੀਆਂ। ਮੈਂ ਸ਼ੂਟਿੰਗ 'ਤੇ ਜਾਣਾ, ਮੈਂ ਟਰੱਕ ਡਰਾਈਵਰ ਦੀ ਸ਼ੂਟਿੰਗ 'ਤੇ ਗਿਆ, ਵੱਡਾ ਬੇਟਾ ਚਲਾ ਗਿਆ ਡੈਡੀ, ਮਕਾਨ ਦਾ ਕਿਰਾਇਆ ਦੇਣਾ। ਉਹ ਕਹਿੰਦੇ ਨਹੀਂ ਤਾਂ ਭਾਂਡੇ ਚੁੱਕੋ, ਨਹੀਂ ਤਾਂ ਮਕਾਨ ਖਾਲੀ ਕਰੋ, ਜਾਂ ਮੈਨੂੰ ਕਿਰਾਇਆ ਦਿਉ। ਕਦੀ ਜਾਣਾ ਡੈਡੀ ਘਰ ਆਟਾ ਮੁੱਕਿਆ ਪਿਆ, ਕਦੀ ਆਹ ਮੰਮਾ ਬਿਮਾਰ ਏ। ਬਸ ਇਹ ਮਜ਼ਬੂਰੀਆਂ ਮੈਨੂੰ ਨਾ ਪਿੱਛਾ ਖਿੱਚਦੀਆਂ ਆਈਆਂ, ਅਤੇ ਕਿਸੇ ਨੇ ਮੇਰਾ ਕੋਈ ਇੰਨਾ ਖਾਸ ਸਹਿਯੋਗ ਨਹੀਂ ਦਿੱਤਾ। ਸਹਿਯੋਗ ਦਿੱਤਾ ਤਾਂ ਮੇਰਾ ਬਾਈ ਗੁੱਗੂ ਗਿੱਲ ਨੇ ਜ਼ਰੂਰ ਦਿੱਤਾ। ਅੱਜ ਵੀ ਮੈਂ ਉਹਨਾਂ ਨੂੰ ਹੁਣੇ ਵੀ ਫੋਨ ਕਰਾਂ ਅਤੇ ਉਹ ਭਾਵੇਂ ਹੋਰ ਕਿਸੇ ਦਾ ਫੋਨ ਸੁਣ ਨਾ ਸੁਣ, ਲੇਕਿਨ ਮੇਰਾ ਫੋਨ ਜ਼ਰੂਰ ਸੁਣਦੇ ਨੇ, ਮੇਰੇ ਨਾਲ ਦੁੱਖ ਸੁੱਖ ਕਰਦੇ ਨੇ, ਮੇਰੇ ਨਾਲ ਪਿਆਰ ਕਰਦੇ ਨੇ। ਬਹੁਤ ਹੀ ਵਧੀਆ ਐਕਟਰ, ਬਹੁਤ ਹੀ ਮੇਰੇ ਵਧੀਆ ਵੀਰ ਨੇ ਉਹ, ਮੇਰੇ ਭਰਾ ਨੇ, ਮੇਰੇ ਉਸਤਾਦ ਨੇ, ਮੇਰੇ ਸਭ ਕੁਛ ਨੇ, ਮੇਰੇ ਗੋਡਫਾਦਰ ਹੈ। ਬਹੁਤ ਜ਼ਿਆਦਾ ਰਿਸਪੈਕਟ ਕਰਨਾ ਉਹਨਾਂ ਦੀ, ਮੈਂ ਕਰਦਾ ਰਹਾਂਗਾ ਮਰਦੇ ਦਮ ਤੱਕ ਜੀ। ਪਰਿਵਾਰ ਵਿੱਚ ਕੌਣ ਕੌਣ ਹੈ? ਪਰਿਵਾਰ ਵਿੱਚ ਮੇਰੀ ਮਿਸਿਜ ਜੀ, ਇੱਕ ਬੇਟਾ ਹੈ, 2 ਪੋਤਰੇ ਮੇਰੇ ਆ, 3 ਪੋਤਰੀਆਂ ਮੇਰੀਆਂ, ਛੋਟੇ ਬੇਟੇ ਦੀਆਂ ਬੇਟੀਆਂ ਉਹਨਾਂ ਦੀ ਮੇਰੀਆਂ ਪੋਤਰੀਆਂ, ਅਤੇ 1 ਪੋਤਰੀ ਮੇਰੀ ਵੱਡੇ ਬੇਟੇ ਦੀ ਹੈ। ਅੱਜ ਕੱਲ੍ਹ ਕੀ ਕਰ ਰਹੇ ਹੋ ਤੁਸੀਂ? ਮੈਂ ਅੱਜ ਕੱਲ੍ਹ ਇਹ ਚੂਰਨੇ ਵੇਚ ਰਿਹਾ ਜੀ, ਇੱਥੇ ਫਿਰੋਜ਼ਪੁਰ ਸਾਈਡ। ਵੈਸੇ ਪਹਿਲਾਂ ਫਰੀਦਕੋਟ ਸੀ, ਉੱਥੇ ਕੁਛ ਲੋਕਡਾਊਨ ਦੀ ਵਜ੍ਹਾ ਨਾਲ ਕੁਛ ਕਰਜ਼ੇ ਕੁਰਜ਼ੇ ਚੜ੍ਹ ਗਏ, ਕਿਉਂਕਿ ਵਗਰਾਹੀ ਮਾਰ ਗਈ। 8-10 ਲੱਖ ਰੁਪਈਆ ਸਾਡਾ ਮਾਰਿਆ ਗਿਆ, ਕੱਪੜੇ ਦਾ ਕੰਮ ਸੀ ਬੇਟੇ ਦਾ, ਅਤੇ ਕੰਮ ਕਾਰ ਠੱਪ ਹੋ ਗਏ। ਫਿਰ ਮੈਂ ਆਖਿਆ ਵੀ ਮੈਂ ਆਪਦੇ ਸ਼ਹਿਰ ਚੱਲਾਂ, ਇਸ ਕਰਕੇ ਹੁਣ ਮੈਂ ਆਪਦੇ ਸ਼ਹਿਰ 'ਚ ਆ ਗਿਆ, ਕਿਉਂਕਿ ਇੱਥੇ 500 ਬੰਦਾ ਮੈਨੂੰ ਸਲੂਟ ਮਾਰਨ ਵਾਲਾ, ਮੈਨੂੰ ਜਾਣਨ ਵਾਲਾ, ਉੱਥੇ ਮੈਨੂੰ ਕੋਈ ਜਾਣਨ ਵਾਲਾ ਨਹੀਂ ਸੀਗਾ, ਇਸ ਕਰਕੇ ਮੈਂ ਆਪਦੇ ਇਲਾਕੇ 'ਚ ਆ ਗਿਆ ਬਾਈ। ਹੁਣ ਹਾਲਾਤਾਂ ਦੀ ਗੱਲ ਕਰੀਏ ਤਾਂ ਹਾਲਾਤਾਂ ਨੂੰ ਲੈ ਕੇ ਫਿਲਮ ਇੰਡਸਟਰੀ ਨੂੰ ਕੀ ਅਪੀਲ ਕਰਨੀ ਚਾਹੋ, ਕਿਉਂਕਿ ਤੁਹਾਡੇ ਵਰਗੇ ਕਈ ਕਲਾਕਾਰ ਆ, ਕਈ ਐਕਟਰ ਆ ਜਿਹੜੇ ਗਰੀਬੀ ਰੇਖਾ, ਗਰੀਬੀ ਕਾਰਨ ਜਿਹੜਾ ਦੱਬ ਕੇ ਰਹਿ ਚੁੱਕੇ, ਅੱਗੇ ਨਹੀਂ ਵੱਧ ਸਕੇ, ਕੀ ਅਪੀਲ ਕਰਨੀ ਚਾਹੋਗੇ ਫਿਲਮ ਇੰਡਸਟਰੀ ਨੂੰ? ਦੇਖੋ ਜੀ, ਮੈਂ ਫਿਲਮ ਇੰਡਸਟਰੀ ਇਹੋ ਕਹਿਣਾ ਚਾਹੁੰਦਾ ਵੀ ਮੇਰੇ ਵੀਰੋ, ਮੇਰੇ ਭਰਾਓ, ਦੋਸਤੋ, ਸੱਜਣੋ, ਮਿੱਤਰੋ, ਤੁਸੀਂ ਕੁਛ ਨਾ ਕੁਛ ਜ਼ਰੂਰ ਸੋਚੋ। ਇਹ ਦੇਖੋ ਸਤੀਸ਼ ਕੌਲ ਦਾ ਕੀ ਹਾਲ ਹੋਇਆ, ਕਿ ਸਤੀਸ਼ ਕੌਲ ਇੰਨਾ ਵਧੀਆ ਐਕਟਰ ਸੀਗਾ, ਸੁਪਰ ਸਟਾਰ ਹੀਰੋ ਰਿਹਾ ਸਤੀਸ਼ ਕੌਲ, ਜਿਨ੍ਹਾਂ ਨੇ ਰਾਣੋ ਵਰਗੀਆਂ ਫਿਲਮ, ਸੈਦਾ ਜੋਗਨ ਫਿਲਮ ਦਿੱਤੀਆਂ। ਦੇਖੋ ਉਹਨਾਂ ਦੀ ਔਲਾਦ ਨੇ, ਉਹਨਾਂ ਦੇ ਘਰਦਿਆਂ ਨੇ ਉਹਨੂੰ ਕੱਢ ਦਿੱਤਾ ਗਿਆ, ਉਹ ਵਿਚਾਰਾ ਇੱਥੇ ਰੁਲਦਾ ਹੀ ਮਰ ਗਿਆ, ਠੀਕ ਹੈ ਨਾ। ਕਮ ਸੇ ਕਮ ਜੇ ਤੁਸੀਂ ਅੱਜ 5-10 ਕਰੋੜ ਰੁਪਈਆ ਫਿਲਮ 'ਤੇ ਲਾਉਂਦੇ ਜੇ, ਤਾਂ ਤੁਸੀਂ ਛੋਟੇ ਆਰ ਕਲਾਕਾਰ ਜਿਹੜਾ ਨਾ, ਇਹਨਾਂ ਨੂੰ ਜ਼ਰੂਰ ਲਵੋ। ਭਾਵੇਂ ਤੁਸੀਂ ਇਹਨਾਂ ਨੂੰ 1000 ਰੁਪਇਆ ਪਰ ਡੇ ਦਿਓ, ਭਾਵੇਂ 2000 ਰੁਪਇਆ ਪਰ ਡੇ ਦਿਓ, ਇਹਨਾਂ ਨੂੰ ਜ਼ਰੂਰ ਲਓ, ਤਾਂ ਕਿ ਇਹਨਾਂ ਦੀਆਂ ਦਵਾਵਾਂ ਤੁਹਾਨੂੰ ਲੱਗਦੀਆਂ ਨਹੀਂ ਹਨ, ਅਤੇ ਤੁਸੀਂ ਹੋਰ ਫਿਲਮਾਂ ਬਣਾਉਂਦੇ ਰਹੋ। ਤੁਸੀਂ ਇਹ ਨਾ ਸੋਚੋ ਵੀ ਅਸੀਂ ਵੱਡੇ ਨਾਮੀ ਐਕਟਰ ਲੈ ਲਈਏ ਅਤੇ ਛੋਟਿਆਂ ਨਹੀਂ। ਹਰ ਇੱਕ ਦੇ ਵਿੱਚ ਕਲਾ, ਹਰ ਇੱਕ ਚਾਹੁੰਦਾ ਵੀ ਮੈਂ ਪਰਦੇ 'ਤੇ ਆਵਾਂ, ਲੋਕ ਮੈਨੂੰ ਵੇਖਣ। ਤੁਸੀਂ ਜ਼ਰੂਰ ਇਹਨਾਂ ਨੂੰ ਸਹਾਰਾ ਬਣੋ, ਇਹਨਾਂ ਨੂੰ ਸਹਿਯੋਗ ਦਿਓ, ਤਾਂ ਕਿ ਇਹਨਾਂ ਦੇ ਸਹਿਯੋਗ ਨਾਲ ਬੰਦਾ ਕਿਤੇ ਕਿਤੇ ਪਹੁੰਚ ਸਕਦਾ। ਅੱਜ ਤੁਸੀਂ ਇਹਨਾਂ ਨੂੰ ਕੰਮ ਦਿਓਗੇ, ਕੱਲ੍ਹ ਨੂੰ ਹੋਰ ਪ੍ਰੋਡਿਊਸਰ ਦੇਗਾ, ਚੌਥੇ ਹੋਰ ਡਾਇਰੈਕਟਰ ਦੇਗਾ। ਇਸ ਕਰਕੇ ਇਹਨਾਂ ਦਾ ਜਿਹੜਾ ਨਾ ਤੋਰੀ ਫੁਲਕਾ, ਦਾਲ ਫੁਲਕਾ ਚੱਲਦਾ ਰਹੇਗਾ। ਤੁਸੀਂ ਇੱਕ ਜਣਾ ਉੱਠੋ ਤਾਂ ਸਹੀ, ਇੱਕ ਜਣਾ ਉਂਗਲ ਫੜੋ ਤਾਂ ਸਹੀ, ਫਿਰ ਬਾਂਹ ਖਿੱਚਣ ਵਾਲੇ ਬਈ ਆਪਣੇ ਆਪ ਆ ਜਾਣਗੇ। ਸਿਰਫ ਇੱਕ ਦੀ ਜ਼ਰੂਰਤ ਹੈ, ਹਰ ਇੱਕ ਨਾਲ ਪਿਆਰ ਕਰੋ, ਹਰ ਇੱਕ ਦਾ ਸਤਿਕਾਰ ਕਰੋ। ਜਿਵੇਂ ਲੋਕ ਤੁਹਾਡੀ ਰਿਸਪੈਕਟ ਕਰਦੇ ਨੇ, ਤੁਹਾਡਾ ਵੀ ਫਰਜ਼ ਬਣਦਾ ਉਹਨਾਂ ਦੀ ਰਿਸਪੈਕਟ ਕਰਨਾ, ਉਹਨਾਂ ਦੀ ਇੱਜ਼ਤ ਕਰਨਾ, ਤਾਂ ਕਿ ਤੁਹਾਡੀ ਹੋਰ ਇੱਜ਼ਤ ਕਰਦੇ ਰਹਿਣ ਜੀ। ਰਾਜ ਸਾਹਿਬ, ਇੱਕ ਸਾਡੇ ਦਰਸ਼ਕਾਂ ਨੂੰ, ਜਿਹੜੀਆਂ ਫਿਲਮਾਂ ਵਿੱਚ ਤੁਸੀਂ ਕੰਮ ਕਰ ਚੁੱਕੇ ਆ,
ਉਹਨਾਂ ਦੀ ਤਸਵੀਰਾਂ ਜ਼ਰੂਰ ਦਿਖਾਓ। ਹਾਂ ਜ਼ਰੂਰ ਜੀ। ਆਹ ਦੇਖੋ ਜੀ, ਇਹ ਮੇਰੀ ਫਿਲਮ ਸੀ, ਮੇਰੇ ਘਰ ਦੀ ਆਪਣੀ ਫਿਲਮ, ਖੁਦ ਡਾਇਰੈਕਟਰ ਸੀ, ਖੁਦ ਮੈਂ ਡਾਇਰੈਕਟਰ ਸੀ, ਖੁਦ ਪ੍ਰੋਡਿਊਸਰ ਸੀ ਸੁਹਾਗ ਜੱਟੀ ਦਾ। ਇਹਦੇ ਵਿੱਚ ਮੈਂ ਨਾਮੀ ਐਕਟਰ ਹਰਭਜਨ ਜੱਬਲ ਜਤਿੰਦਰ ਕੌਰ ਲਿਆ ਸੀ ਜੀ। ਇਹ ਫਿਲਮ ਜਿਹੜੀ ਨਾ ਬਦਲਾ ਜੱਟੀ ਦੇ ਆਧਾਰ 'ਤੇ ਬਣੀ ਸੀ, ਜਿਸ ਤਰ੍ਹਾਂ ਬਦਲਾ ਜੱਟੀ ਸੀ ਬਾਈ ਗੂਗਲ ਦੀ ਫਿਲਮ, ਇਸ ਤਰ੍ਹਾਂ ਦੀ ਸਟੋਰੀ ਸੀ ਔਰ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤੀ, ਬਹੁਤ ਤੜਾਕੇ ਵਾਲੀ ਕੜਾਕੇ ਵਾਲੀ ਫਿਲਮ ਸੀ ਜੀ ਇਹ। ਇਸ ਤੋਂ ਬਾਅਦ ਆਹ ਦੇਖੋ, ਇਹ ਵੀ ਖੈਰ ਸੁਹਾਗ ਜੱਟੀ ਦਾ ਹੀ ਹੈ। ਇਸ ਤੋਂ ਬਾਅਦ ਮੇਰੀ ਆਹ ਫਿਲਮ ਸੀ ਜੀ ਦੁਸ਼ਮਣੀ ਦੀ ਅੱਗ, ਇਹ ਵੀ ਮੇਰੇ ਇਹਦੇ 'ਚ ਜਗੀਰੇ ਵੈਲੀ ਦਾ ਰੋਲ ਸੀ ਜੀ। ਇਹ ਵੀ ਮੈਂ ਖੁਦ ਡਾਇਰੈਕਟਰ, ਖੁਦ ਪ੍ਰੋਡਿਊਸਰ, ਖੁਦ ਡਾਇਰੈਕਟਰ, ਨਾਮੀ ਐਕਟਰ ਜਤਿੰਦਰ ਕੌਰ ਹਰਭਜਨ ਜੱਬਲ ਨੂੰ ਲੈ ਕੇ ਬਣਾਈ ਸੀ ਜੀ। ਇਸ ਤੋਂ ਇਲਾਵਾ ਦੇਖੋ ਜੀ, ਆ ਪ੍ਰੀਤੀ ਸਪਰੂ ਨਾਲ ਜਿਹੜੀ ਪੰਜਾਬ ਦੀ ਬਹੁਤ ਹੀ ਮੰਨੀ ਪ੍ਰਮੰਨੀ ਆਰਟਿਸਟ ਸੀਗੀ, ਅੱਜ ਵੀ ਹੈ, ਸਦਾ ਰਹੇਗੀ, ਪ੍ਰੀਤੀ ਸਪਰੂ। ਇਹ ਪ੍ਰਤਿਗਿਆ ਫਿਲਮ ਦੀ ਮੇਰੀ ਸ਼ੂਟ ਹੈ ਜੀ। ਇਸ ਤੋਂ ਬਾਅਦ ਦੇਖੋ ਜੀ, ਆ ਮੇਰੀ ਹਿੰਦੀ ਫਿਲਮ ਸੋਨੂ ਸੂਦ ਨਾਲ ਸ਼ਹੀਦ ਆਜ਼ਮ, ਜਿਹਦੇ ਵਿੱਚ ਮੇਰਾ ਐਡਵੋਕੇਟ ਦਾ ਰੋਲ ਸੀ ਜੀ, ਬਹੁਤ ਲੋਕਾਂ ਨੇ ਪਸੰਦ ਕੀਤਾ ਸੀ, ਬਹੁਤ ਹੀ ਅੱਛਾ ਵਧੀਆ ਰੋਲ ਸੀ ਜੀ। ਇਸ ਤੋਂ ਬਾਅਦ ਦੇਖੋ ਜੀ, ਆਦਾਰਾ ਸਿੰਘ ਨਾਲ ਜਿਹਦੇ ਵਿੱਚ ਮੇਰੇ ਬੇਟੇ ਸੁਨੀਲ ਨੇ ਗੁਰਦਾਸ ਮਾਨ ਦਾ ਬਚਪਨ ਦਾ ਰੋਲ ਕੀਤਾ ਸੀ, ਮੇਰਾ ਛੋਟਾ ਜਿਹਾ ਕਰੈਕਟਰ ਸੀ ਕਿਉਂਕਿ ਮੇਰਾ ਬੇਟੇ ਦੀ ਪਹਿਲੀ ਫਿਲਮ ਸੀ ਔਰ ਇਹਨੂੰ ਤਿਆਰ ਕਰਨਾ, ਇਹਨੂੰ ਸਮਝਾਉਣਾ ਮੇਰਾ ਫਰਜ਼ ਸੀ, ਡਿਊਟੀ ਸੀ, ਇਸ ਕਰਕੇ ਮੈਂ ਜ਼ਿਆਦਾ ਬੇਟੇ ਨਾਲ ਰਿਹਾ। ਆਹ ਮੈਂ ਛੋਟਾ ਰੋਲ ਕੀਤਾ ਲੇਕਿਨ ਇਹਨੂੰ ਗੁਰਦਾਸ ਮਾਨ ਦਾ ਬਚਪਨ ਦਾ ਰੋਲ ਬਹੁਤ ਹੀ ਲੋਕਾਂ ਨੇ ਪਸੰਦ ਕੀਤਾ ਜੀ। ਇਸ ਤੋਂ ਇਲਾਵਾ ਧਰਮ ਭਾਅ ਜੀ ਯਾਨੀ ਕਿ ਧਰਮਿੰਦਰ ਜੀ, ਇਹਨਾਂ ਦੀ ਫਿਲਮ ਸੀ ਸਮਗਲਰ, ਇਹ ਬੰਬੇ ਸ਼ੂਟਿੰਗ ਹੋਈ ਸੀ, ਜਿਹਨਾਂ ਵਿੱਚ ਗੂਗਲ ਵੀ ਸੀ, ਉਪਾਸਨਾ ਸਿੰਘ ਵੀ ਸੀ, ਦਵਿੰਦਰ ਕਾਲਾ ਵੀ ਸੀ, ਹੋਰ ਕਾਫੀ ਆਰਟਿਸਟ ਸੀ, ਰਵਿੰਦਰ ਮਾਨ ਸੀ, ਮੇਰਾ ਅਮਰੀਸ਼ ਪੁਰੀ ਨਾਲ ਸੈਕਿੰਡ ਵਿਲਨ ਦਾ ਰੋਲ ਸੀ ਜੀ ਇਹਦੇ ਵਿੱਚ ਜੀ। ਇਸ ਤੋਂ ਇਲਾਵਾ ਦੇਖੋ ਜੀ, ਪੰਕਜ ਧੀਰ ਨਾਲ ਸਰਦਾਰੀ ਫਿਲਮ, ਇਹ ਸਾਡੀ ਰੋਪੜ ਸ਼ੂਟਿੰਗ ਹੋਈ ਸੀ, ਮੇਰਾ ਆਤੰਕਵਾਦੀ ਦਾ ਰੋਲ ਸੀ, ਇਹਨਾਂ ਦਾ ਇੱਕ ਇੰਸਪੈਕਟਰ ਦਾ ਰੋਲ ਸੀ, ਬਹੁਤ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਇਹ ਰੋਲ ਜੀ। ਇਹ ਕਾਫੀ ਫਿਲਮਾਂ ਨੇ ਮੇਰੀਆਂ, ਬਾਕੀ ਹੋਰ ਕਈ ਫਿਲਮਾਂ ਨੇ ਜਿਹਨੇ ਕੁਛ ਮੈਨੂੰ ਯਾਦ ਵੀ ਨਹੀਂ ਹੈ। ਥਾਣੇਦਾਰ ਧਰਮ ਸਿੰਘ ਹੈ, ਇੱਕ ਸੀਰੀਅਲ ਸੀ ਆਸਕਾ ਦਾਮਨ, ਦਿੱਲੀ ਸ਼ੂਟਿੰਗ ਹੋਈ ਸੀ ਜਵਾਲਾਪੁਰੀ 'ਚ, ਇੱਕ ਨਿਆਇ ਦੰਡ ਸ਼ੂਟਿੰਗ ਸੀ, ਉਹਦੇ ਮੇਰਾ ਜੱਜ ਦਾ ਰੋਲ ਸੀਗਾ। ਇਸ ਤਰ੍ਹਾਂ ਕਰਕੇ ਮੈਂ ਕਾਫੀ ਫਿਲਮਾਂ ਕਰ ਚੁੱਕਾ ਜੀ। ਅਗਰ ਤੁਹਾਨੂੰ ਅੱਜ ਫਿਰ ਜੇ ਮੌਕਾ ਦਿੱਤਾ ਜਾਂਦਾ ਫਿਲਮ ਇੰਡਸਟਰੀ ਵੱਲ, ਕੀ ਜਾਣਾ ਚਾਹੋਗੇ? ਹਾਂ ਬਿਲਕੁਲ ਜੀ ਬਿਲਕੁਲ, ਮੈਨੂੰ ਅੱਜ ਵੀ ਆਵਾਜ਼ ਮਾਰਨ, ਮੈਂ ਸਾਰੇ ਕੰਮ ਛੱਡ ਕੇ ਮੈਂ ਫਿਲਮਾਂ ਇੰਡਸਟਰੀ 'ਚ ਜਾਣ ਨੂੰ ਤਿਆਰ ਹਾਂ। ਫਿਲਹਾਲ ਮੈਨੂੰ ਗੁੱਗੂ ਗਿੱਲ ਹੁਣ ਵੀ ਜੇ ਆਵਾਜ਼ ਮਾਰਦੇ ਨੇ ਵੀ ਬਜਾਜ ਆਪਾਂ ਜਾਣਾ ਸ਼ੂਟਿੰਗ ਦੇ, ਹਾਂਜੀ ਸਰ ਜੀ ਕਿੱਥੇ ਜਾਣਾ ਜੀ, ਅੰਬਾਲੇ ਜਾਣਾ ਜੀ, ਅੰਮ੍ਰਿਤਸਰ ਜਾਣਾ, ਮੈਂ ਕਹਿੰਦਾ ਸਰ ਜੀ ਮੈਂ ਆ ਗਿਆ, ਬਸ ਮੈਂ ਨਾ ਨਹੀਂ ਕਰ ਸਕਾਂਗਾ, ਭਾਵੇਂ ਮੈਨੂੰ ਅੱਧੀ ਰਾਤ ਕੋਈ ਵੀ ਆਵਾਜ਼ ਮਾਰੇ ਮੈਂ ਜਾਵਾਂਗਾ, ਜ਼ਰੂਰ ਜਾਵਾਂਗਾ। ਅਗਰ ਸਰਕਾਰਾਂ ਦੀ ਗੱਲ ਕਰੀਏ ਤਾਂ ਨਾਮੀ ਜਿਹੜੇ ਅਦਾਕਾਰ ਹੈ ਉਹਨਾਂ ਨੂੰ ਲੈ ਕੇ ਜਿਹੜੀਆਂ ਸਰਕਾਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਈਆਂ ਜਾਂਦੀਆਂ, ਪਰ ਤੁਹਾਡੇ ਵਰਗੇ ਜਿਹੜੇ ਗਰੀਬੀ ਰੇਖਾ ਹੇਠਾਂ ਜੀ ਰਹੇ ਆ ਉਹਨਾਂ ਲਈ ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਸਰਕਾਰਾਂ ਦੀ ਕਮਜ਼ੋਰੀਆਂ ਨੇ, ਸਰਕਾਰਾਂ ਨੂੰ ਚਾਹੀਦਾ ਵੀ ਉਹਨਾਂ ਨੇ ਧਿਆਨ ਦੇਣਾ, ਉਹਨਾਂ ਦਾ ਸਹਿਯੋਗ ਦੇਣਾ, ਠੀਕ ਹੈ ਨਾ। ਜੇ ਉਹਨਾਂ ਦਾ ਸਹਿਯੋਗ ਦੇਣਗੇ ਤਾਂ ਇਹਦੇ 'ਚ ਉਹਨਾਂ ਨੂੰ ਵੀ ਫਾਇਦਾ ਹੈ ਅਤੇ ਆਰਟਿਸਟ ਨੂੰ ਵੀ ਫਾਇਦਾ ਹੈ ਜੀ, ਦੋਨਾਂ ਨੂੰ ਫਾਇਦਾ ਹੈ ਜੀ। ਮੰਗ ਕਰਦੇ ਹੋ ਸਰਕਾਰ ਤੋਂ ਜਾਂ ਫਿਲਮ ਇੰਡਸਟਰੀ ਤੋਂ? ਦੇਖੋ ਜੀ, ਮੈਂ ਫਿਲਮ ਇੰਡਸਟਰੀ ਇਹ ਮੰਗ ਕਰਨਾ ਵੀ ਤੁਸੀਂ ਹਰ ਇੱਕ ਦਾ ਸਹਿਯੋਗ ਦਿਓ, ਅਤੇ ਸਰਕਾਰ ਨੂੰ ਵੀ ਕਹਾਂਗਾ ਵੀ ਤੁਸੀਂ ਧਿਆਨ ਕਰੋ, ਲੋਕਡਾਊਨ ਠੀਕ ਹੈ ਤੁਸੀਂ ਲਗਾਓ, ਜ਼ਰੂਰ ਲਗਾਓ, ਐਸੀ ਗੱਲ ਨਹੀਂ, ਲੇਕਿਨ ਥੋੜ੍ਹੀ ਜਿਹੀ ਢੀਲ ਜ਼ਰੂਰ ਦਿਓ ਦੁਕਾਨਦਾਰਾਂ ਨੂੰ। ਦੇਖੋ ਦੁਕਾਨਦਾਰ ਦੇ ਵਿੱਚ ਕਈਆਂ ਦੁਕਾਨਦਾਰਾਂ ਦੇ 10-10 5-5 ਮੁਲਾਜ਼ਮ ਨੇ, ਔਰ ਕੋਈ ਵੀ ਮੁਲਾਜ਼ਮ ਜਿਹੜਾ ਹੈ ਨਾ ਇਸ ਵੇਲੇ ਅੱਜ ਦੀ ਤਰੀਕ ਵਿੱਚ 10,000 ਤੋਂ ਘੱਟ ਨਹੀਂ ਹੈ। ਸਪੋਜ਼ ਕਰੋ ਇੱਕ ਦੁਕਾਨ ਕੋਲੇ 5 ਮੁਲਾਜ਼ਮ ਨੇ ਅਤੇ ਕਮ ਸੇ ਕਮ 50,000 ਤਨਖਾਹ ਹੋ ਗਈ, ਖਰਚਾ ਵੱਖਰਾ ਹੋ ਗਿਆ, ਉਹਨਾਂ ਦੇ ਘਰਾਂ ਦੇ ਖੇਤ ਖਰਚੇ ਹੋ ਗਏ, ਬਿਜਲੀ ਦੇ ਬਿੱਲ ਹੋ ਗਏ, ਕਿੰਨੇ ਖਰਚੇ ਪੈਂਦੇ ਨੇ। ਤੁਸੀਂ ਢੀਲ ਜ਼ਰੂਰ ਦਿਓ, ਲੋਕਡਾਊਨ ਲਾਓ, ਅਸੀਂ ਇਹ ਨਹੀਂ ਕਹਿੰਦੇ ਲੋਕਡਾਊਨ ਨਾ ਲਾਓ, ਲੋਕਡਾਊਨ ਲਾਓ, ਲੇਕਿਨ ਟਾਈਮਿੰਗ ਦਿਓ। ਇਹ ਨਹੀਂ ਤੁਸੀਂ ਵੀ 3 ਦਿਨ ਲਾਓ ਅਤੇ 4 ਦਿਨ ਨਾ ਲਾਓ, ਕਾਹਦੀ ਗੱਲੋਂ ਬਈ? ਤੁਸੀਂ ਭਾਵੇਂ 9-5 ਦੁਕਾਨਾਂ ਖਿਲਾਓ, ਰੇਹੜੀਆਂ ਵਾਲੇ ਨੇ ਮੇਰੇ ਵੀਰ ਨੇ ਉਹਨਾਂ ਨੂੰ ਵੀ ਛੂਟ ਦਿਓ, ਅਤੇ ਠੀਕ ਹੈ ਤੁਸੀਂ ਹਫ਼ਤੇ 'ਚ 3 ਦਿਨ ਵੈਸੇ ਦੁਕਾਨਾਂ ਬੰਦ ਕਰ ਦਿਓ, ਬਿਲਕੁਲ ਬੰਦ ਕਰ ਦਿਓ, ਲੇਕਿਨ 4 ਦਿਨ ਤਾਂ ਦਿਓ ਨਾ ਕਮ ਸੇ ਕਮ, ਤਾਂ ਕਿ ਲੋਕ ਆਪਣੀ ਰੋਜ਼ੀ ਰੋਟੀ ਤਾਂ ਕਮਾ ਸਕਣ, ਠੀਕ ਹੈ ਨਾ। ਦੇਖੋ ਅੱਜ ਜੇ ਲੋਕ ਮਜਬੂਰ ਹੋ ਕੇ ਕੀ ਕਰਨਗੇ, ਮਜਬੂਰ ਹੋ ਕੇ ਕੀ ਕਰਨਗੇ, ਦਾਦਾਗਿਰੀ ਕਰਨਗੇ, ਚੋਰੀਆਂ ਕਰਨਗੇ, ਡਕੈਤੀਆਂ ਕਰਨਗੇ, ਇੱਕ ਦੂਜੇ ਨੂੰ ਤੁਰੇ ਜਾਂਦੇ 500-1,000 ਰੁਪਏ ਕਰ ਰੱਖਦੇ ਇੱਥੇ, ਹੋਏ ਮੈਂ ਘਰੇ ਅਟਲ ਜਾਣਾ, ਜੇ ਮੂੰਹ ਨੰਗਾ ਨਹੀਂ ਮੂੰਹ ਬੰਨ ਕੇ ਜਾਣਗੇ, ਠੀਕ ਹੈ ਨਾ। ਉਹਦੀ ਫਿਰ ਵੀ ਸਰਕਾਰ ਨੂੰ ਦਿੱਕਤ ਹੈ, ਅਤੇ ਕਿਉਂ ਨਾ ਫਿਰ ਆਪਾਂ ਲੋਕਾਂ ਦਾ ਸਹਿਯੋਗ ਦਈਏ, ਆਪਾਂ ਢੰਗ ਦੇ ਨਾਲ ਸਾਰੇ ਕੰਮ ਕਰੀਏ ਨਾ, ਬੇਢੰਗੇ ਨਾਲ ਕਰੀਏ ਬਾਈ, ਠੀਕ ਹੈ। ਤਾਂ ਇਹ ਸੀ ਸਾਡੇ ਨਾਲ ਫਿਲਮੀ ਅਦਾਕਾਰ ਰੋਏ ਬਜਾਜ ਜੀ, ਜਿਨ੍ਹਾਂ ਦੇ ਜਿਹੜੇ ਘਰ ਦੇ ਹਾਲਾਤ ਅੱਜ ਵੱਧ ਤੋਂ ਬੱਤਰ ਬਣੇ ਹੋਏ ਆ, ਰੋਟੀ ਦਾ ਗੁਜ਼ਾਰਾ ਜਿਹੜਾ ਬੜੀ ਮੁਸ਼ਕਲ ਨਾਲ ਚੱਲ ਰਿਹਾ, ਉਹਨਾਂ ਨੇ ਮਦਦ ਦੀ ਗੁਹਾਰ ਲਗਾਈ ਹੈ ਕਿ ਫਿਲਮ ਇੰਡਸਟਰੀ ਨੂੰ ਛੋਟੇ ਕਲਾਕਾਰਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ, D5 ਚੈਨਲ, ਪੰਜਾਬੀ।
5 चैनल पंजाबी। हुणे सब्सक्राइब करो, बेल आइकन पे क्लिक करो।